ਪੰਜਾਬੀ ਏਕਤ ਜਾਨ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਉਸਾਰੀ ਮਜ਼ਦੂਰਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਪੰਜਾਬ ਸਰਕਾਰ ਨੇ ਉਸਾਰੀ ਮਜ਼ਦੂਰਾਂ ਦੀ ਮਹੀਨਾਵਾਰ ਆਮਦਨ ਵਿੱਚ ਵਾਧਾ ਕੀਤਾ ਹੈ। ਇਹ ਵਾਧਾ ਲਗਭਗ 10% ਦਾ ਕੀਤਾ ਹੈ। ਇਹ ਫੈਸਲਾ 1 ਸਤੰਬਰ 2022 ਤੋਂ ਲਾਗੂ ਮੰਨਿਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ ਦਿਨ ਰਾਤ ਮਿਹਨਤ ਕਰ ਪੰਜਾਬ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਉਣ ਵਾਲੇ ਉਸਾਰੀ ਮਜ਼ਦੂਰਾਂ ਲਈ ਅੱਜ ਮੈਂ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ। ਰਜਿਸਟਰਡ ਉਸਾਰੀ ਮਜ਼ਦੂਰਾਂ ਦੀ ਘੱਟੋ ਘੱਟ ਮਹੀਨਾਵਾਰ ਆਮਦਨ ਦੇ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਹੱਥਾਂ ਵਿੱਚ ਹੋਵੇ। ਸੂਬੇ ਵਿੱਚ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਲੋਕਾਂ ਦੀ ਸਮੱਸਿਆਵਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ। ਦਰਅਸਲ PSPCL ਵੱਲੋਂ ਅੰਮ੍ਰਿਤਸਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਗਵੰਤ ਮਾਨ ਦੇ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਹੁਣ ਬਿਜਲੀ ਜਾਣ ਤੋਂ ਪਹਿਲਾਂ ਲੋਕਾਂ ਨੂੰ SMS ਰਾਹੀਂ ਸੂਚਨਾ ਦਿੱਤੀ ਜਾਵੇਗੀ, ਜਿਸ ਵਿੱਚ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਬਿਜਲੀ ਕਦੋਂ ਤੱਕ ਆਵੇਗੀ। ਬਿਜਲੀ ਮੰਤਰੀ ਹਰਭਜਨ ਸਿੰਘ ETO ਨੇ ਕਿਹਾ ਕਿ ਇਸ ਪਹਿਲ ਨਾਲ ਲੋਕਾਂ ਨੂੰ ਬਿਜਲੀ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਬਿਜਲੀ ਬੋਰਡ ਵੱਲੋਂ ਹਰ ਇੱਕ ਵਿਅਕਤੀ ਨੂੰ SMS ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। ਇਸ SMS ਵਿੱਚ ਬਿਜਲੀ ਜਾਣ ਦੀ ਤਾਰੀਖ ਤੇ ਸਮਾਂ ਵੀ ਦੱਸਿਆ ਜਾਵੇਗਾ। ਪੰਜਾਬ ਵਿੱਚ ਪਰਾਲੀ ਦਾ ਮੁੱਦਾ ਇੱਕ ਵੱਡਾ ਮੁੱਦਾ ਹੈ ਜਿਸ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਹਮੇਸ਼ਾ ਆਹਮੋ ਸਾਹਮਣੇ ਰਹਿੰਦੇ ਹਨ। ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਅਤੇ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਇਹ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਪੱਤਰ ਰਾਹੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਲਈ ਸਹਿਯੋਗ ਦੇਣ। ਧਾਲੀਵਾਲ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਸੰਦੇਸ਼ ਦੇਣ ਕਿ ਪਰਾਲੀ ਨਾ ਸਾੜੀ ਜਾਵੇ। ਆਡੀਓ ਮਾਮਲੇ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ DC ਦਫ਼ਤਰ ਗੁਰਦਾਸਪੁਰ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੌਜੂਦਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਰਪਸ਼ਨ ਮੁਕਤ ਪੰਜਾਬ ਬਣਾਉਣ ਦੀ ਗੱਲ ਕਹੀ ਸੀ ਅਤੇ ਆਪਣੇ ਇੱਕ ਮੰਤਰੀ ਵਿਜੇਇੰਦਰ ਸਿੰਗਲਾ ਉੱਪਰ ਕਾਰਵਾਈ ਕੀਤੀ ਸੀ। ਉਸੇ ਤਰ੍ਹਾਂ ਹੁਣ ਉਹਨਾਂ ਨੂੰ ਮੰਤਰੀ ਫੌਜਾ ਸਿੰਘ ਸਰਾਰੀ ਉੱਪਰ ਵੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਆਪ ਦੇ ਇਸ ਮੰਤਰੀ ਦੀ ਆਡੀਓ ਵਿੱਚ ਸਭ ਕੁਝ ਸਪਸ਼ਟ ਹੈ ਕਿ ਕਿਸ ਤਰ੍ਹਾਂ ਲੈਣ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਆਮ ਆਦਮੀ ਪਾਰਟੀ ਨੇ ਇਸ 'ਤੇ ਆਪਣਾ ਸਟੈਂਡ ਸਪਸ਼ਟ ਨਹੀਂ ਕੀਤਾ ਅਤੇ ਨਾ ਹੀ ਇਸ ਮੰਤਰੀ ਦੇ ਉੱਪਰ ਕੋਈ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਭ੍ਰਿਸ਼ਟ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਜੇਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਨਾਇਬ ਤਹਿਸੀਲਦਾਰਾਂ ਦੀਆਂ ਭਰਤੀਆਂ ਦਾ ਮਾਮਲਾ ਚੁੱਕਦੇ ਹੋਏ ਆਮ ਆਦਮੀ ਪਾਰਟੀ ਦੇ ਵੱਡੇ ਸਵਾਲ ਖੜੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕਲਰਕ ਦੇ ਪੇਪਰ 'ਚ ਫੇਲ ਹੋਏ PSPCL ਦੇ ਪੇਪਰ 'ਚੋਂ ਕਿਵੇਂ ਟੋਪਰ ਹੋ ਗਏ। ਸਵਾਲ ਚੁੱਕਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਪੇਪਰ ਕੋਈ ਸੌਖਾ ਪੇਪਰ ਨਹੀਂ ਹੁੰਦਾ। ਉਹਨਾਂ ਨੇ ਵੱਡੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਾਰੇ ਹੀ ਟੋਪਰ ਤਹਿਸੀਲ ਮੂਣਕ ਅਤੇ ਪਾਤੜਾ ਤੋਂ ਹਨ। ਮੂਣਕ ਦਾ ਇਲਾਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ। ਉਹਨਾਂ ਨੇ ਕਿਹਾ ਕਿ ਟੋਪਰਾਂ ਨੂੰ ਨੰਬਰ ਵੀ ਬੜੇ ਹਿਸਾਬ ਨਾਲ ਗਿਣ ਕੇ ਦਿੱਤੇ ਗਏ ਹਨ। ਸਰ ਇਹ ਕੋਈ ਕੋਈ ਮਹੀਨੇ ਦੋ ਮਹੀਨੇ 'ਚ ਨਹੀਂ ਇਹ ਸੁਧਾਰ ਹੁੰਦਾ ਹੁੰਦਾ। ਇਹ ਜਿਹੜਾ ਗੰਦ 75 ਸਾਲ ਦਾ ਇਹ ਸਾਡੇ ਨੋਹਾਂ ਦੇ ਅੰਦਰ ਤੱਕ ਫਸਿਆ ਹੋਇਆ, ਇਹਨੂੰ ਕਰੋਧ ਕੇ ਕੱਢਣਾ ਪੈਣਾ। ਸੋ ਥੋੜ੍ਹਾ ਜਿਹਾ ਮੌਕਾ ਦਿਓ। ਤਾਂ ਛੇ ਮਹੀਨੇ ਹੋਇਆ ਸਰਕਾਰ ਆਈ ਨੂੰ, ਜੋ 6 ਮਹੀਨਿਆਂ 'ਚ ਕੀਤਾ ਲੰਘੀਆਂ ਸਰਕਾਰਾਂ 5-5 ਸਾਲਾਂ 'ਚ ਨਹੀਂ ਕਰਦੀਆਂ। ਬਸ ਇੰਨੀ ਕਿ ਪੰਜਾਬ ਦੇ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਉਮੀਦ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਤੋਂ। ਇਸ ਕਰਕੇ ਜਿਹੜੇ ਵੀ ਲੋਕ ਆ ਉਹ ਇਹ ਕਹਿੰਦੇ ਆ ਵੀ ਸਾਡਾ ਪਹਿਲਾਂ ਕੰਮ ਮਸਲਾ ਹੱਲ ਹੋ ਜੇ, ਸਾਡਾ ਮਸਲਾ ਹੱਲ ਹੋ ਜੇ। ਮਸਲੇ ਇੰਨੇ ਉਲਝਾਏ ਪਏ ਆ ਲੰਘੀਆਂ ਸਰਕਾਰਾਂ ਨੇ ਕਿਉਂਕਿ ਇਸ ਪਾਸੇ ਵੱਲ ਗੌਰ ਨਹੀਂ ਦਿੱਤਾ। ਅਸੀਂ ਹਰ ਇੱਕ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ, ਪਰ ਉਹਦੇ ਵਾਸਤੇ ਸਮਾਂ ਲੱਗਦਾ। ਮੈਂ 6 ਮਹੀਨੇ ਦੇ ਵਿੱਚ 20,000 ਪੋਸਟਾਂ ਕੱਢਣੀਆਂ, ਕੱਚੇ ਕੰਮ ਪੱਕੇ ਕਰਨੇ, ਔਰ ਪੁਲਿਸ ਦੀ ਭਰਤੀ ਹੋਰ ਜਿਹੜੀ ਕੱਢਣ ਜਾ ਰਿਹਾ, 100 ਆਮ ਆਦਮੀ ਕਲੀਨਿਕ ਬਣਾਉਣਾ, 600 ਯੂਨਿਟ ਫ੍ਰੀ ਦੇਣਾ, ਹੋਰ ਕਿੰਨਾ ਕੁਛ ਕੀਤਾ ਇਹ ਕਿਸੇ ਸਰਕਾਰ ਨੇ ਪਹਿਲੇ 6 ਮਹੀਨੇ 'ਚ ਕੀਤਾ? 4.5 ਸਾਲ ਤਾਂ ਅੱਖ ਨਹੀਂ ਖੁੱਲਦੀ ਹੈਗੀ ਲੰਘੀਆਂ ਸਰਕਾਰਾਂ ਦੀ। ਸੋ ਇਸ ਕਰਕੇ ਇਹਨਾਂ ਦੀ ਜਦੋਂ ਹੁਣ ਜ਼ਮੀਨ ਪੈਰਾਂ ਥੱਲੋਂ ਖਿਸਕ ਗਈ ਨਿਕਲ ਗਈ ਤਾਂ ਹੁਣ ਇਹ ਹੱਥ ਪਲਾਹੀ ਮਾਰਦੇ ਫਿਰਦੇ ਨੇ ਵੀ ਸ਼ਾਇਦ ਸਾਨੂੰ ਇੱਥੋਂ ਵੀ ਕੋਈ ਖੈਰ ਪੈ ਜੇ ਇੱਥੋਂ ਵੀ, ਪਰ ਹੁਣ ਇੱਦਾਂ ਦਾ ਕੁਛ ਨਹੀਂ ਹੋਣ ਵਾਲਾ। ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ, ਇਹਦੇ ਵਿੱਚ ਸਾਨੂੰ ਕੰਜ਼ਿਊਮਰਸ ਦੀਆਂ ਕਈ ਵਾਰੀ ਕਾਫੀ ਕੰਪਲੇਂਟਸ ਆਉਂਦੀਆਂ ਸੀਗੀਆਂ ਕਿ ਜਦੋਂ ਮੇਨਟੇਨੈਂਸ ਵਾਸਤੇ ਸਾਨੂੰ ਕੋਈ ਸ਼ਟਡਾਊਨ ਕਰਨਾ ਪੈਂਦਾ ਅਤੇ ਲੋਕ ਬੜੇ ਪਰੇਸ਼ਾਨ ਹੁੰਦੇ ਸੀਗੇ ਇਸ ਗੱਲ ਤੋਂ। ਅਸੀਂ ਇਹ ਪਾਇਲਟ ਪ੍ਰੋਜੈਕਟ ਦੇ ਵਿੱਚ ਜਿਸ ਵੀ ਏਰੀਏ ਦੀ, ਜਿਸ ਵੀ ਕੰਜ਼ਿਊਮਰ ਦੀ
लाइट जड़ी आ वो ऑफ करनी है ते उदे वास्ते उन्होंने एक थ्रू SMS जड़ा मैसेज चले जाता जिदे विच बकायदा डेट एंड टाइम मैनशन हुंदा है कि इन्ने बजे तो लेके इन्ने बजे तक जड़ी लाइट आ ये फॉर मेंटेनेंस परपजस जड़ी आ बंद रहूगी। सो इहदे नाल वो अपने बदलवें प्रबंध कर लेंगे ने। अदरवाइज जदों कित लाइट जाती सीगी तो एक साढ़े जड़े सिस्टम आ कंप्लेंट वाले वो भी एकदम बर्डन हो जाते सीगे। सो लोग भी परेशान होंदे सीगे। सो असी उन्होंने सहूलत नूं मुख रखदे आ कि वो अपने बदलवें प्रबंध कर सकन। इस करके वैसे तो कोई ज़्यादा समा असी लाइट बंद नहीं करते क्योंकि इतने 24 घंटे की सप्लाई आ, पर फिर भी कई कदी कदाई मेंटेनेंस परपजस वास्ते जड़ी आ वो लाइट बंद करनी पैंदी आ। सो दे वास्ते अज असी पायलट प्रोजेक्ट शुरू किया। इस तों अलावा इहदे नाल होर भी कई तरह के जिवें साडा टैक्नीकल स्टाफ आ कई बार कुछ रॉ हैंड बंदे भी जिहड़े ने इंपलॉई साढ़े काम करते हैं उन्हां नूं टैक्नीकल ट्रेनिंग जिहड़ी आ वो किवें देनी आ वो भी अज प्रबंध किया। एनर्जी ऑडिट भी करांगे। देखो बिजली सेव करनी जिहड़ी आ ये साडा सारिआं दा फर्ज ते बनदा ही आ, पर नाल दे नाल कस्टमर्स दे विच कंज्यूमर्स दे विच अवेयरनैस जिहड़ी आ वो भी पैदा करनी हुंदी आ। सो असी एनर्जी ऑडिट वास्ते साडीआं टीमां जिहड़ीआं ने वो पूरीआं तैयार ने। असी एनर्जी ऑडिट भी इस पायलट प्रोजेक्ट के अधीन करांगे। तुसीं इह वेखो कमाल की कला विखाती है बंदे ने, मतलब मैं तो चाहुंदा कि इहदा स्टडी होवे मुंडे की कि ये गीत सुने तू नहीं बोलता तेरे पिछे कौन बोलता। मैं भगवंत मान की पढ़ाई कि उन्हें तो नहीं ट्यूशन दिती, गल तो समझ आवे ना, मतलब सारिआं नूं दे देवे यार सारे एडे, मतलब हर बच्चा नौकरी चाहुंदा, मसला हल हो जाए सानू की है। हर साल किन्ने बच्चे जा रहे बाहर, इट आंसर CM's क्वेश्चन। और हर साल इमीग्रेशन ली स्टूडेंट वीजा ली PR वास्ते किन्ने अप्लाई हो रहे, किन्ना करोड़ा रुपया बाहर जा रहा है, जां तां CM साहब नूं नॉलेज नहीं जां अंडरस्टैंडिंग नहीं जां वो झूठ बोलण च मार हो गए है, क्योंकि आपां नूं समझ ही आ गई आपका जो उन्हां दा इश्तिहार ही बोलता साडा काम बोलता। तुसीं मैं कि तुहानूं इक वीडियो विखाउणी आ हुण, जिहड़े लोग करदे सी कि असीं सधारण जीवन जीवांगे, सिक्योरिटी दी गल बड़ी वारी हो गई कि 33 ਗੱਡੀਆਂ ਸੀ ਹੁਣ ਵਾਲੇ CM ਸਾਹਿਬ ਕੋਲ 52 ਗੱਡੀਆਂ ਨੇ, ਹਲੇ ਕੱਲਾ STC ਮਹਿਕਮੇ ਦਾ ਰਿਕਾਰਡ ਆਇਆ, ਸਿਕਿਉਰਿਟੀ ਵਾਲਾ ਨਹੀਂ ਆਇਆ। ਮੈਂ ਇੱਕ ਵੀਡੀਓ ਦਿਖਾ ਦਿਆਂ ਤੁਹਾਨੂੰ, ਤਸੱਲੀ ਹੋ ਜੂ, ਇਹ ਜਹਾਜ਼ ਕਿੰਨੇ ਘੰਟੇ ਨੂੰ ਲੈਂਦਾ ਤੁਹਾਨੂੰ ਇਹ ਦੱਸ ਦਿਆਂ, ਇਹ ਜਹਾਜ਼ ਆਹ ਹੁਣ ਦੀ ਹੈ, ਆਹ ਵੀ ਤਾਜ਼ੀ ਹੈ, ਆਹ ਜਿਹੜੇ ਜਹਾਜ਼ ਤੋਂ ਉਤਰ ਰਹੇ ਆ ਇਹ ਪਰ ਆਵਰ 4.5 ਲੱਖ ਤੋਂ 5 ਲੱਖ ਇਹ ਚਾਰਜ ਕਰਦਾ ਫਲਾਇੰਗ ਦਾ ਪਰ ਆਵਰ। ये कौन पैसे दे रहे थे? आ पंजाब दी खजाने चो जा रहे थे पैसे, किसी होर नहीं जा रहे, थोड़ी जेबा चो निकल के जा रहे, और आ निकल रहे जी। और जेड़ा पैसे दे रहा साढ़े वाला उन तो किसी ने बुलाया ही नहीं, चज ना लगे वो तुरिया जाता दूजा दिल्ली वाला, वो देखो वो मगर ही कितने उन्होंने ले आओ तो हूँ वेखो चढ़न गए हैलीकॉप्टर च जेड़ा फिर 2.5 लाख रुपए पर आवर, मतलब एक दिन च घट्टो घट 25-30 लाख रुपया पंजाब के खजाने च उड़ा देना सिर्फ आपका प्रचार गुजरात करने हैलीकॉप्टर से चढ़ पे, मतलब गड्डी तक तो भी सफर नहीं तय किया कितों, ये कितों पैसे 400 करोड़ पंजाब के खजाने चो इश्तहारा लिए चले गया। पंजाब नूं क्यों लुटिया जा रहा जी, सारे देश से तुसी आपकी एडवरटाइजमेंट कर रहे हो। वो CP शर्मा कल मैं उसके कोल गया सा जिन्हों भैन बोलिया वह बेचारी टेंकी च बैठी है, वह पोस्टा ही रद्द करती चक रद्द ही करती। और मैं बार बार कहना जेडे आपदे आप नूं कहिंदे ना कि असी बड़े ईमानदार ने, तुसी फौजा सिंह सरारी की गल छेड़ी, मेरी बेनती सुन लियो ना जी, सुन लियो प्लीज सुन लियो गल, तुसी देखो दोहरे मापदंड की गल मैं दसदा। ये जहाज मैं थोनू क्यों विखाया सी, जेड़ा ईमानदार सोच गल करता 3 लाख करोड़ का कर्जा होवे कि वह जहाज से चढ़ू, कि वह 2 करोड़ का डेली का इश्तहार दो, 400 करोड़ खर्च हो गया 6 महीने के इश्तहारबाजी, सारे देश से इश्तहार लग रहा पंजाब का, खजाना पंजाब का,
फायदा नुकसान ये चो कल पंजाब का होना इश्तहार तुम सारे देश दे रहे की फायदा। तीजी गल जेड़ा मुख्यमंत्री केजरीवाल स्कूटरी जीते थ्री व्हीलर से भजया फिरदा सी गुजरात, उन्होंने लैंड क्रूजर क्यों दित्तियां पंजाब के खजाने चो, उन्होंने 80 बंदे क्यों दिते। उही हाल फौजा सिंह सरारी का केस सिंगले की वीडियो तुसी किसे ने नहीं वेखी, उन्होंने तो करता डिसमिस, तो जिहड़ी ऑडियो सारिया ने सुन ली हाले तक उत्थे बैठा दुध की राखी से। तो भरावा यही डबल स्पीक है, यही नौजवान गल कर रहे कि तुसी तां गल करदे सी पारदर्शिता की, साढ़े पेपर से कला 420 खेडी गई और कुछ होया ही कोई अच्छा अच्छा हो मजाक कमाल की गल। कहिंदा मोबाइल फोन से पैसे नहीं, कहिंदा मैं केजरीवाल नूं फोन किया, वह कहिंदा मेरे भी मुक गए सी। मतलब एक कमाल की गल हो गई यार, चढ़ाई बनाउण दा सिस्टम आ। वेखो जी नहीं जी पैसे दी माली जी आई इधरों एडा सोना पाया कितने, मैं कहना अनलिमिटेड भावे सारे फोन करा देंगे थोड़ा फ्री कर दें। साड़ी मंग है कि जेड़ा वितकरे की पॉलिसी भगवंत मान ने पिक एंड चूज वाली रखी, तो विशेष तौर एक पार्टी टारगेट करने की रखी, उसकी असी खंडन करने, असी हर लड़ाई फेस करने तैयार हैं। इन वितकरा नहीं असी चाहते, असी ये गल कहने कि जिस तरह तुम पहले एक मापदंड रखिया सी विजय सिंगला जेडे हेल्थ मिनिस्टर सन, ऑडियो जिहड़ी कली भगवंत सिंह मान ने सुनी है जनतक नहीं हुई, उन्होंने विजय सिंगले नू अपने घर सद्या, उन्हें कन्फ्रंट किया, विजय सिंगले ने एक्सैप्ट किया भगवंत सिंह मान के कहण की जो गल है, तो उस टाइम विजिलेंस नू किया कि मेरे घरों इन्हों गिरफ़्तार करके लै। जेडे फौजा सिंह सरारी ने इन्हों की फरौती मंगन की वीडियो जनतक हो चुकी, 2.5 करोड़ रुपए की रकम सी और जनतक की इन्हों PA ने मिस्टर कपूर उन्होंने ना उन्हें जनतक की है। फौजा सिंह सरारी जी ने खुद एक्सैप्ट किया मेरी आवाज़, यही असी कह रहे हैं कि हुण भगवंत मान जी जिहड़ा हुण तुसी काम आरंभता ये तो वापसी कोई नहीं है, फौजा सिंह सरारी नूं गिरफ़्तार करो, इनू कैबिनेट तो बर्खास्त करो। तो इस तों अलावा जिहड़े इन्हां दे होर माजरे है ने इन्हां दे खिलाफ़ केसिस, ED रेड्स कर रही है, 2 करोड़ रुपया के बैंकों के घोटाले ने, कि वो इस ताड़ी पारदर्शिता तो बाहर ने, कि वो करप्शन के चार्जिस नहीं आते। 11 इन्हां दे MLA ने मालवे दे विच जिन्होंने पिछले महीनों में ट्रक यूनियन से कब्जा किया, एंड एक ट्रक यूनियन परची लाती है सारे ट्रकों वालों को उगराही करती है नजायज़, उहदे विच घट तो घट 2 करोड़ तो 7 करोड़ तक की सालाना उगराही। मैं तुहाडे TV चैनल नूं इह वी गल कहना चाहना, एक काम इन्हां दा अजे शुरू ही होया, इंजन बज गया पिछे हुण डब्बे लग रहे। इस तों बाद एक्साइज मिनिस्टर ते भी असी कार्रवाई की मांग करांगे, सेंटर ने ये रेड मारे ने, ED ने पंजाब के एक्साइज अफसर ते मारे ने, वो तो निरे एक्साइज की पॉलिसी गवर्नमेंट की जी इंप्लीमेंटर्स ने इंप्लीमेंट करने वाले ने। असल जो एक्साइज पॉलिसी पंजाब कोई लैके आया है तो वड्डे पैमाने ते दिल्ली वांग ये हेरा फेरी, वो सीधी रिस्पोंसिबिलिटी भगवंत मान की हरपाल सिंह जी की।